ਜੀ ਕੀ ਬਿਰਥਾ ਹੋਏ ਉਹ ਗੁਰ ਤੈ ਅਰਦਾਸ ਕਰ ਜੀ ਕੀ ਬਿਰਥਾ ਹੋਏ ਉਹ ਗੁਰ ਤੈ ਅਰਦਾਸ ਕਰ ਅਰਦਾਸ ਕਰ ਅਰਦਾਸ ਕਰ ਅਰਦਾਸ ਕਰ ਅਰਦਾਸ ਕਰ ਜੀ ਕੀ ਬਿਰਥਾ ਹੋਏ ਸੋ ਗੁਰ ਤੈ ਅਰਦਾਸ ਕਰ ਯਤਨ ਕਰਿਓ ਯਤਨ ਕਰਿਓ ਜਿੰਨਾ ਬਚਿਆ ਜਾਵੇ ਬਚ ਜਾਣਾ ਹੋਵੇ ਤੋਂ ਮੈਂ ਅੱਜ ਫਰੀਦ ਜੀ ਦਾ ਇਤਿਹਾਸ ਪੜ੍ਹ ਰਿਹਾ ਸਾਂ ਫਰੀਦ ਜੀ ਦੇ ਮੁਰਸ਼ਦ ਖਵਾਜਾ ਚਿਸ਼ਤੀ ਨਾ ਬੱਚਿਆਂ ਦੇ ਨਾਲ ਖੇਡਦੇ ਪਏ ਉਹ ਗੇਂਦ ਤਾਂ ਨੂੰ ਸੁੱਟਣ ਫਲਾਣਾ ਬੱਚਾ ਚੁੱਕ ਕੇ ਲਿਆਵੇ ਫਿਰ ਸੁੱਟਣ ਅਤੇ ਫਰੀਦ ਜੀ ਆ ਗਏ ਜਦੋਂ ਆਏ ਕਮਾਈ ਤਾਂ ਹੈਗੀ ਸੀ ਅਤੇ ਕਹਿੰਦੇ ਆਉਂ ਗੇਂਦ ਲਈ ਅਤੇ ਆਪਣੇ ਮੁਰਸ਼ਦ ਦੇ ਸਾਹਮਣੇ ਨਾ ਆਉਂ ਤਾਂ ਨੂੰ ਸੁੱਟੀ ਅਤੇ ਉਹ ਗੇਂਦ ਹਵਾ 'ਚ ਹੀ ਕਮਾਈ ਸੀ ਜਦੋਂ ਹਵਾ 'ਚ ਹੀ ਗੇਂਦ ਰੁਕ ਗਈ ਅਤੇ ਸੋਚਿਆ ਮੁਰਸ਼ਦ ਖੁਸ਼ ਹੋਏਗਾ ਫਰੀਦ ਜੀ ਸੋਚਦੇ ਮੁਰਸ਼ਦ ਖੁਸ਼ ਹੋਏਗਾ ਵੀ ਮੇਰੇ ਕੋਲ ਇੰਨੀ ਕਮਾਈ ਆ ਗਈ ਵੇਖੋ ਮੈਂ ਗੇਂਦ ਚਾਹਵਾਂ ਅਤੇ ਹਵਾ 'ਚ ਰੋਕ ਸਕਦਾ ਪਰ ਕਹਿੰਦੇ ਇੰਨੀਆਂ ਝਾੜਾਂ ਪਈਆਂ ਇੰਨੀਆਂ ਝਾੜਾਂ ਪਈਆਂ ਫਰੀਦ ਇਹ ਮੁਰਸ਼ਦ ਸਾਹਮਣੇ ਇੰਝ ਵਿਖਾਉਣਾ ਇਹ ਹੋਮੇ ਹੈ ਇਹ ਹੋਮੇ ਹੈ ਅਤੇ ਇੱਕ ਚਾਂਸ ਦੂਜਾ ਲਿਖਿਆ ਫਰੀਦ ਜੀ ਦਾ ਮੁਰਸ਼ਦ ਖਵਾਜਾ ਚਿਸ਼ਤੀ ਦਰਖਤ ਥੱਲੇ ਬੈਠੇ ਅਤੇ ਦਰਖਤ ਦੇ ਨਾ ਪੱਤੇ ਨਹੀਂ ਸੀ ਅਤੇ ਵਿੱਚੋਂ ਧੁੱਪ ਆ ਰਹੀ ਸੀ ਅਤੇ ਫਰੀਦ ਜੀ ਦੀ ਕਮਾਈ ਤਾਂ ਹੈਗੀ ਸੀ ਆਉਂ ਸਾਹਮਣੇ ਆ ਰਹੇ ਅਤੇ ਆਪਣੀ ਕਲਾ ਨਾਲ ਸਾਰੇ ਦਰਖਤ ਨੂੰ ਹਰਿਆ ਕਰਤਾ ਅਤੇ ਫਿਰ ਮੁਰਸ਼ਦ ਕੋਲ ਝਾੜਾਂ ਪਈਆਂ ਫਰੀਦ ਇਹ ਵੀ ਹੋਮੇ ਹੈ ਇਹ ਵੀ ਹੋਮੇ ਹੈ ਕੁਝ ਪ੍ਰਾਪਤ ਹੋ ਗਿਆ ਅਤੇ ਇੰਝ ਵਿਖਾਣ ਲੱਗ ਪਏ ਜਿਨ ਹਰ ਪਾਇਓ ਕਦੋਂ ਪ੍ਰਾਪਤੀ ਹੋਈ ਤੀਜੀ ਵਾਰੀ ਜਦੋਂ ਅੱਖ ਦਾ ਡੇਲਾ ਦੇ ਕੇ ਵੀ ਮੁਰਸ਼ਦ ਨੂੰ ਇਸ਼ਨਾਨ ਕਰਾਇਆ ਅਤੇ ਮੁਰਸ਼ਦ ਨੇ ਫਿਰ ਚੈੱਕ ਕੀਤਾ ਅੱਖ ਨੂੰ ਕੀ ਹੋਇਆ ਪੱਟੀ ਕਿਉਂ ਬੰਨੀ ਹੈ ਅਤੇ ਹੁਣ ਜੇ ਹੁੰਦੀ ਨਾ ਹੋਮੇ ਤਾਂ ਪ੍ਰਾਪਤੀ ਤਾਂ ਵੀ ਨਹੀਂ ਸੀ ਹੋਣੀ ਜੇ ਕਹਿੰਦਾ ਨਾ ਮਹਾਰਾਜ ਤੁਹਾਡੇ ਕਰਕੇ ਬੰਨੀ ਹੈ ਪਾਣੀ ਗਰਮ ਕਰਨਾ ਸੀ ਡੇਲਾ ਦੇ ਕੇ ਅੱਗ ਲਿਆਇਆ ਸੌਖਾ ਨਹੀਂ ਤੁਹਾਡੀ ਸੇਵਾ ਕਰਨੀ ਪਰ ਕੀ ਆਖਿਆ ਅੱਖ ਆਈ ਹੈ ਅੱਖ ਆਈ ਦਾ ਕਹਿੰਦੇ ਹੁੰਦੇ ਵੀ ਦਰਦ ਹੋਵੇ ਨਾ ਅੱਖ ਨੂੰ ਪ੍ਰੋਬਲਮ ਹੋਵੇ ਮੇਰੀ ਅੱਖ ਆਈ ਹੋਈ ਮੁਰਸ਼ਦ ਕਹਿੰਦਾ ਕੀ ਗੱਲ ਪੱਟੀ ਬੰਨੀ ਹੁਣ ਦਮ ਨਹੀਂ ਮਾਰਿਆ ਵੇਖ ਉੱਥੋਂ ਪ੍ਰਾਪਤੀ ਹੋਈ ਨਿਮਰਤਾ ਤੋਂ ਫਰੀਦ ਪੱਟੀ ਬੰਨੀ ਕਹਿੰਦਾ ਜੀ ਅੱਖ ਆਈ ਹੈ ਫਿਰ ਪੁੱਛਦਾ ਕੀ ਗੱਲ ਪੱਟੀ ਬੰਨੀ ਇਸ਼ਨਾਨ ਕਰਦਿਆਂ ਕਹਿੰਦੇ ਅੱਖ ਆਈ ਹੈ ਫਿਰ ਆ ਗਏ ਮੌਜ ਵਿੱਚ ਕਹਿੰਦੇ ਚੰਗਾ ਫਿਰ ਆਈਏ ਅਤੇ ਵਾਕੇ ਆਈਏ ਪਰ ਪਹਿਲੇ ਤੋਂ ਸਵਾਈ ਹੈ ਕਿਉਂ ਰੱਬ ਦੀ ਅਸੀਂ ਬਰਾਬਰੀ ਨਹੀਂ ਕਰਨੀ ਪਹਿਲੇ ਤੋਂ ਸਵਾਈ ਹੁੰਦੀ ਛੋਟੀ ਆਈਏ ਅਤੇ ਵਾਕੇ ਆਈ ਖੋਲਦੇ ਪੱਟੀ ਪਰ ਪਹਿਲੇ ਤੋਂ ਸਵਾਈਏ ਲੈ ਅੱਜ ਤੈਨੂੰ ਪ੍ਰਾਪਤੀ ਹੋਈ ਕਿਉਂ ਤੂੰ ਅੱਖ ਦਾ ਡੇਲਾ ਦੇ ਕੇ ਵੀ ਹੋਮੇ ਨਹੀਂ ਆਣ ਦਿੱਤੀ ਕਿ ਮੈਂ ਡੇਲਾ ਦੇ ਕੇ ਤੁਹਾਡੇ ਲਈ ਅੱਗ ਲਿਆਇਆ ਪਾਣੀ ਆ ਨਿਮਰਤਾ ਤੋਂ ਪ੍ਰਾਪਤੀ ਹੋਈ ਫਰੀਦ ਜੀ ਨੂੰ 36 ਸਾਲ ਬਾਅਦ ਕਹਿ ਦਿਓ ਗੱਜ ਕੇ ਸਤਨਾਮ ਗੁਰਮਤਿ ਰਿਦੇ ਇੱਕ ਗੁਰੂ ਕਿਰਪਾ ਕਰੇ ਇਹ ਚੀਜ਼ ਨੂੰ ਸਮਝਿਓ ਮੈਂ ਜਿੰਨਾ ਕੰਟਰੋਲ ਹੋ ਸਕੇ ਮੈਨੂੰ ਯਾਦ ਹੈ 1998 ਦਾ ਇਹ ਬਚਨ ਹੈ ਬਾਬਾ ਖੜਾ ਸਿੰਘ ਬੁੱਢੀ ਦੀ ਪੀੜ 17 ਖੰਡ ਪਾਠਾਂ ਦੇ ਭੋਗ ਪਏ ਅਤੇ ਨਾਨਕਸਰ ਤੋਂ ਆਏ ਸੀ ਬਾਬਾ ਗੁਰਮੇਲ ਸਿੰਘ ਜੀ ਉੱਥੇ ਸ਼ਾਮਿਲ ਹੋਏ
ਤੇ ਬਾਬਾ ਖੜਕ ਸਿੰਘ ਜੀ ਨੂੰ ਖੀਰ 'ਤੇ ਨਾ ਦੋ ਤਿੰਨ ਥਾਨ ਕੱਪੜਿਆਂ ਦੇ, ਲੋਈਆਂ ਦੋ ਕੁ, ਮਠਿਆਈ ਦੇ ਪੰਜ ਡੱਬੇ ਉਹ ਭੇਟਾ ਕੀਤੇ ਅਤੇ ਕਹਿੰਦੇ ਜੀ ਬਾਬਾ ਕੁੰਦਨ ਸਿੰਘ ਜੀ ਨੇ ਭੇਜਿਆ ਸਾਰਾ ਕੁਝ। ਅੱਗੋਂ ਬਾਬਾ ਖੜਕ ਸਿੰਘ ਕਹਿੰਦੇ ਵਾਪਸ ਲੈ ਜਾਓ, ਸਾਨੂੰ ਨਹੀਂ ਲੋੜ ਜੀ। ਉਹਨਾਂ ਨੇ ਭੇਜਿਆ ਪਿਆਰ ਨਾਲ। ਕੋਲ ਦਰਸ਼ਨ ਸਿੰਘ ਸੇਵਕ, ਬਾਬਾ ਦਰਸ਼ਨ ਸਿੰਘ ਕਹਿੰਦੇ ਜੀ ਮਹਾਂਪੁਰਸ਼ੋ ਰੱਖ ਲਓ, ਉਹਨਾਂ ਪਿਆਰ ਨਾਲ ਭੇਜਿਆ। ਅੱਗੋਂ ਵੇਖੋ ਨਿਮਰਤਾ ਕਿੰਨੀ। ਗੁਰਮੇਲ ਸਿੰਘ ਜੀ, ਬਾਬਾ ਕੁੰਦਨ ਸਿੰਘ ਸੇਵਕ ਜਿਹੜੇ ਲੈ ਕੇ ਆਏ ਸਾਰਾ ਕੁਝ, ਉਹਨਾਂ ਨੂੰ ਕੀ ਕਹਿੰਦੇ? ਕਹਿੰਦੇ ਮੈਂ ਗੁਰੂ ਰਾਮਦਾਸ ਕੋਲੋਂ ਤਿੰਨ ਚੀਜ਼ਾਂ ਹੀ ਮੰਗੀਆਂ, ਕੁੜਤੀ, ਕਛਹਿਰਾ ਅਤੇ ਪੱਗ। ਆਖੋ ਸਤਨਾਮ, ਆਹ ਤਿੰਨ ਚੀਜ਼ਾਂ ਹੀ ਪਾਉਂਦੇ ਸੀ। ਕਹਿੰਦੇ ਮੈਂ ਗੁਰੂ ਰਾਮਦਾਸ ਕੋਲ ਕਛਹਿਰਾ, ਕੁੜਤੀ ਅਤੇ ਪੱਗ ਤਿੰਨ ਚੀਜ਼ਾਂ ਹੀ ਮੰਗੀਆਂ, ਮੈਂ ਕੀ ਕਰਨੇ ਥਾਨ, ਕੀ ਕਰਨੀਆਂ ਲੋਈਆਂ? ਬਾਬਾ ਕੁੰਦਨ ਸਿੰਘ ਜੀ ਨੂੰ ਮੇਰਾ ਸੁਣਿਆ ਦੇਣਾ ਕਿ ਜੇ ਮੇਰੇ ਨਾਲ ਯਾਰੀ ਹੈ, ਜੇ ਪਿਆਰ ਹੈ, ਜੇ ਮੇਰੇ 'ਤੇ ਅਸੀਸ ਹੈ, ਤਾਂ ਮੈਨੂੰ ਆਪਣਾ ਜੋੜਾ ਭੇਜ ਦਿੰਦੇ। ਆਖੋ ਸਤਨਾਮ, ਸਾਰਾ ਕੁਝ ਰੱਖਿਆ ਪਰ ਮਨ ਵੇਖੋ ਕਿਤੇ ਮਹਾਂਪੁਰਸ਼ ਦਾ, ਕਿ ਮੈਨੂੰ ਆਪਣਾ ਜੋੜਾ ਭੇਜ ਦਿੰਦੇ। ਕੈਸੀ ਨਿਮਰਤਾ ਹੈ ਅਪੂਰਨੇ ਨੇ, ਕਿ ਗੁਰਸਿੱਖਾਂ ਦਾ, ਗੁਰਮੁਖਾਂ ਦਾ ਦੂਜੇ ਇੱਕ ਦੂਜੇ ਵਾਸਤੇ ਹਿਰਦੇ 'ਚ ਇਹੋ ਜਿਹਾ ਸਤਿਕਾਰ ਹੋਵੇ ਨਿਮਰਤਾ ਵਾਲਾ। ਆਖੋ ਸਤਨਾਮ। ਖੈਰ, ਗੁਰੂ ਕਿਰਪਾ ਕਰੇ, ਇਹ ਹੋਮੇ ਤੋਂ ਬਚ ਕੇ ਰਹੇ ਹੋ, ਸਮਾਪਤੀ ਕਰਨ ਲੱਗੇ ਹਾਂ। ਕਹਿੰਦੇ ਭਾਈ ਲਾਲ ਸਿੰਘ ਵਾਪਸ ਜਾ ਰਿਹਾ ਅਤੇ ਗਿਆਨ ਹੋ ਰਿਹਾ, ਗਲਤੀ ਕਰ ਰਹੇ ਹਾਂ। ਗੁਰੂ ਅੱਗੇ ਦਮ ਮਾਰ ਲਿਆ ਕਿ ਤੁਹਾਡੀ ਗੋਲੀ ਵੀ ਨਹੀਂ। ਘਰ ਗਿਆ ਅਤੇ ਚਿਹਰਾ ਮਜੂਸ, ਘਰਵਾਲੀ ਕਹਿੰਦੀ ਕੀ ਗੱਲ, ਪ੍ਰਸ਼ਾਦ ਕਿਤੇ, ਢਾਲ ਨਾਲ ਲੈ ਆਇਓ। ਜਦੋਂ ਸਾਰਾ ਦੱਸਿਆ, ਬੜੀ ਵੱਡੀ ਭੁੱਲ ਹੋ ਗਈ ਹੈ ਭਾਗਾਂ ਵਾਲੀ ਹੈ, ਗੁਰੂ ਅੱਗੇ ਦਮ ਮਾਰ ਰਹੇ ਹਾਂ ਕਿ ਤੁਹਾਡੀ ਗੋਲੀ ਵੀ ਨਹੀਂ ਲੰਘ ਸਕਦੀ, ਬਹੁਤ ਵੱਡੀ ਗਲਤੀ। ਵੇਖੋ ਇੱਕ ਗੱਲ ਕਈ ਘਰ ਵਾਲੀ ਨੇ, ਗਲਤੀ ਮੰਨਦੇ ਹੋ ਗਲਤੀ ਹੋਈ? ਕਹਿੰਦੇ ਹਾਂ ਮੰਨਦਾ, ਹੋ ਗਈ ਗਲਤੀ। ਕਹਿੰਦੀ ਜੇ ਤਾਂ ਮੰਨਦੇ ਹੋ ਫਿਰ ਰਸਤਾ ਹੈਗਾ। ਉਹ ਕਿਹੜਾ ਰਸਤਾ? ਜੀ ਕੀ ਬਿਰਥਾ ਹੋਏ ਸੋ ਗੁਰ ਪੈ। ਹੁਣ ਆਹ ਜੁਗਤੀ ਜੇ ਕਹਿੰਦੇ ਉਹ ਘਰ ਵਾਲੀ ਨੇ ਕਿਹਾ ਰਸਤਾ ਹੈਗਾ, ਘਬਰਾਓ ਨਾ, ਉਹ ਕਿਹੜਾ ਰਾਹ? ਕਹਿੰਦੀ ਆਪਾਂ ਗੁਰੂ ਗਈ ਅਰਦਾਸ ਕਰਦੇ ਹਾਂ, ਸਾਡੀ ਪੈਜ ਰੱਖਣਾ, ਹੋ ਗਈ ਗਲਤੀ, ਕੀ ਕਰੀਏ। ਕਹਿੰਦੇ ਜਿੰਨੀ ਸੰਗਤ ਅਟੈਚ ਸੀ, ਜਿੰਨੀਆਂ ਉਹਦੀਆਂ ਸਹੇਲੀਆਂ, ਜਿੰਨੇ ਆਂਢ ਗੁਆਂਢ, ਸਭ ਨੂੰ ਬੁਲਾ ਲਿਆ। ਸਭ ਨੂੰ ਬੁਲਾ ਕੇ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ, ਜਪਜੀ ਸਾਹਿਬ ਜੀ ਦੇ ਪਾਠ ਕੀਤੇ ਗਏ। ਔਰ ਇਤਿਹਾਸ 'ਚ ਲਿਖਿਆ, ਜਿਹੜੇ ਅਗਲੇ ਲਫਜ਼ ਮੈਂ ਸ਼ੋਰਟ ਕਰਕੇ ਬੋਲ ਰਿਹਾ, ਨੰਗੇ ਪੈਰੀ ਗਈ ਭਾਈ ਲਾਲ ਸਿੰਘ ਦੀ ਘਰਵਾਲੀ, ਜੁਗਤੀ ਵਾਲੀ ਸੀ, ਨੰਗੇ ਪੈਰੀ ਗਈ ਅਤੇ ਪੰਜ ਅੰਮ੍ਰਿਤ ਧਾਰੀ ਸਿੰਘ ਲੱਭ ਕੇ ਲਿਆਈ, ਉਹਨਾਂ ਨੂੰ ਪ੍ਰਸ਼ਾਦਾ ਛਕਾਇਆ, ਪੰਜਾਂ ਸਿੰਘਾਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਫਿਰ ਕਿਹਾ ਗੱਲ 'ਚ ਪੱਲਾ ਪਾ ਕੇ ਸਾਡੀ ਅਰਦਾਸ ਕਰੋ, ਕੱਲ੍ਹ ਸਾਡੇ ਪੜਦੇ ਕਜੇ ਜਾ, ਮੇਰੇ ਪਤੀ ਕੋ ਭੁੱਲ ਹੋ ਗਈ ਹੈ, ਮੇਰੀ ਅਰਦਾਸ ਕਰੋ, ਕੱਲ੍ਹ ਪੜਦੇ ਕਜੇ ਜਾਣ। ਪੰਜ ਅੰਮ੍ਰਿਤਧਾਰੀ ਸਿੰਘਾਂ ਨੇ ਅਰਦਾਸ ਕੀਤੀ, ਸਾਧ ਸੰਗਤ ਵੇਖੋ ਜੀ ਕੀ ਬਿਰਤਾ ਹੋਏ ਸੋ ਗੁਰ ਪੈ। ਜਦੋਂ ਅਗਲੇ ਦਿਨ ਢਾਲ ਲੈ ਕੇ ਗਿਆ, ਹੁਣ ਮਨ ਨੀਵੇਂ, ਅਥਰੂ ਵਗਦੇ ਪਏ ਹੈ, ਕੱਲ੍ਹ ਵਾਲੀ ਗੱਲ ਹੀ ਨਹੀਂ, ਅੰਦਰੋਂ ਇਹੋ ਨਿਕਲਦਾ ਪਿਆ ਲਾਜ ਰੱਖ ਲਈ ਗੁਰੂ ਗੋਬਿੰਦ ਸਿੰਘ, ਲਾਜ ਰੱਖ ਲਈ। ਸਵੇਰ ਦੇ ਦੀਵਾਨ ਦੀ ਸਮਾਪਤੀ ਹੋਈ, ਮਹਾਰਾਜ ਬਾਹਰ ਆਏ, ਹਜ਼ਾਰਾਂ ਸੂਰਮੇ ਆਸੇ ਪਾਸੇ ਵੇਖਦੇ ਪਏ ਆ, 20 ਫੁੱਟ ਦੂਰ ਢਾਲ ਲੈ ਕੇ ਬੈਠੇ। ਮਹਾਰਾਜ ਕਹਿੰਦੇ ਲਾ ਲੈ ਛਾਤੀ ਨਾਲ ਢਾਲ, ਅੱਜ ਤੇਰੀ ਢਾਲ ਦੀ ਪਰਖ ਏ, ਤੂੰ ਕੱਲ੍ਹ ਕਿਹਾ ਸੀ ਤੇਰੀ ਤੁਹਾਡੀ ਗੋਲੀ ਨਹੀਂ ਲੰਘਣੀ, ਤਿਆਰ ਏ। ਹੁਣ ਅੱਖਾਂ 'ਚੋਂ ਨੀਰ ਵਗ ਰਿਹਾ ਅਤੇ ਇਹ ਨਹੀਂ ਕਹਿੰਦਾ ਤਿਆਰ ਹਾਂ, ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਲਾਜ ਰੱਖਣੀ, ਪੜਦੇ ਕੱਜ ਲੈਣੇ। ਕਹਿੰਦੇ ਮਹਾਰਾਜ ਨੇ ਬੰਦੂਕ ਫੜੀ, ਅੱਖ ਤੱਕ ਖੜੀ, ਘੋੜਾ ਨੱਪਣ ਲੱਗੇ, ਬੰਦੂਕ ਫਿਰ ਥੱਲੇ, ਅੱਖ ਤੱਕ ਬੰਦੂਕ ਖੜੀ, ਘੋੜਾ ਨੱਪਣ ਲੱਗੇ, ਫਿਰ ਥੱਲੇ, ਅੱਖ ਤੱਕ ਬੰਦੂਕ ਖੜੀ, ਘੋੜਾ ਨੱਪਣ ਲੱਗੇ, ਫਿਰ ਥੱਲੇ। ਸਿੰਘ ਬੋਲ ਪਿਆ, ਮਹਾਰਾਜ ਗੋਲੀ ਚਲਾਉਂਦੇ ਨਹੀਂ, ਆਪ ਜੀ ਅੱਖ ਤੱਕ ਬੰਦੂਕ ਖੜਦੇ ਹੋ, ਘੋੜਾ ਨੱਪਣ ਲੱਗਦੇ ਹੋ, ਚਲਾਉਂਦੇ ਨਹੀਂ ਗੋਲੀ, ਚਲਾਓ ਇਹਦੀ ਢਾਲ 'ਤੇ। ਅਤੇ ਅੱਗੋਂ ਕਲਗੀਆਂ ਵਾਲੇ ਮਹਾਰਾਜ ਕਹਿੰਦੇ ਮੈਂ ਗੋਲੀ ਕਿੱਥੇ ਚਲਾਵਾਂ, ਮੈਂ ਗੋਲੀ ਕਿੱਥੇ ਚਲਾਵਾਂ, ਢਾਲ ਦੇ ਉੱਤੇ 9 ਪਾਤਸ਼ਾਹੀਆਂ ਦੇ ਵਾਰੀ ਵਾਰੀ ਦਰਸ਼ਨ ਹੋ ਰਹੇ ਨੇ। ਢਾਲ ਦੇ ਉੱਤੇ 9 ਪਾਤਸ਼ਾਹੀਆਂ ਦੇ ਵਾਰੀ ਵਾਰੀ ਦਰਸ਼ਨ ਹੋ ਰਹੇ ਨੇ ਅਤੇ ਨਾਲ ਹੀ ਬੰਦੂਕ ਸੁੱਟ ਕੇ ਕਹਿੰਦੇ ਮਹਾਰਾਜ ਗੁਰੂ ਗੋਬਿੰਦ ਸਿੰਘ, ਕਹਿੰਦੇ ਲਾਲ ਸਿਆਂ ਜੀ ਮਹਾਰਾਜ, ਗਰਜ ਕੇ ਕਹਿੰਦੇ ਉਹ ਲਾਲ ਸਿਆਂ ਜੀ ਮਹਾਰਾਜ, ਕੱਲ੍ਹ ਕੀ ਕਰਦਾ ਰਿਹਾ?
ਕਹਿੰਦਾ ਮਹਾਰਾਜ ਪੰਜ ਅੰਮ੍ਰਿਤਧਾਰੀ ਸਿੰਘਾਂ ਕੋਲੋਂ ਸੰਗਤ ਨੂੰ ਬੁਲਾ ਕੇ ਤੇਰੇ ਚਰਨਾਂ 'ਚ ਅਰਦਾਸ ਕਰਦਾ ਰਿਹਾ ਮੇਰੇ ਪੜਦੇ ਕੱਜ ਲਈ, ਤੇਰੇ ਅੱਗੇ ਦਮ ਮਾਰ ਬੈਠਾ ਮੇਰੇ ਪੜਦੇ ਕੱਜ ਲਈ ਰਾਜ ਰਹਿ ਜੇ। ਵੇਖੋ ਸਾਧ ਸੰਗਤ ਅਰਦਾਸ ਕਿੰਨੀ ਤਾਕਤ। ਕਲਗੀਧਰ ਮਹਾਰਾਜ ਨੇ ਆਪਣੀ ਰਸਨਾ 'ਚੋਂ ਭਜਨ ਕੀਤੇ, ਕਹਿੰਦੇ ਤੇਰੀਆਂ ਬਾਣੀ ਪੜ੍ਹ ਕੇ ਨਿਮਰਤਾ ਵਿੱਚ ਕੀਤੀਆਂ ਅਰਦਾਸਾਂ ਦਾ ਸਦਕਾ ਵਾਕੇ ਤੇਰੀ ਢਾਲ ਇੰਨੀ ਮਜ਼ਬੂਤ ਏ ਮੇਰੀ ਗੋਲੀ ਵੀ ਨਹੀਂ ਲੰਘ ਸਕਦੀ। ਆਖੋ ਸਤਨਾਮ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਇਹ